ਆਪਾਂ ਜੀ ਯਾਤਰਾ ਕਰਤੀ ਆ ਸ਼ੁਰੂ ਗੋਬਿੰਦ ਘਾਟ ਤੋਂ। 4 ਕਿਲੋਮੀਟਰ ਗੱਡੀਆਂ 'ਤੇ ਆ ਗਏ ਸੀਗੇ ਅਤੇ ਉਹ ਤੋਂ ਬਾਅਦ ਫਿਰ ਆਪਾਂ ਪੈਦਲ ਯਾਤਰਾ ਸ਼ੁਰੂ ਕਰ ਚੁੱਕੇ ਹਾਂ। ਟਾਈਮ ਕਰੀਬ ਹੋ ਗਿਆ 6:45 ਸਵੇਰ ਦੇ। ਕਹਿੰਦੇ ਆ ਕਿ 6 ਘੰਟਿਆਂ ਦਾ ਰਸਤਾ ਹੈਗਾ, ਬਾਕੀ ਦੇਖਦੇ ਹਾਂ, ਹੌਲੀ ਹੌਲੀ ਜਾਵਾਂਗੇ, ਕੋਈ ਕਾਹਲੀ ਨਹੀਂ ਕਰਨੀ। ਮੌਸਮ ਸਾਫ਼ ਆ, ਬੱਦਲਬਾਈ ਬਿਲਕੁਲ ਨਹੀਂ, ਮੀਂਹ ਦਾ ਕੋਈ ਅਸਾਰ ਨਹੀਂ ਲੱਗ ਰਿਹਾ। ਰਸਤਾ ਬਹੁਤ ਵਧੀਆ ਬਣਾਇਆ ਹੋਇਆ, ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪਿਆ ਹੋਇਆ। ਅਤੇ ਦੇਖੋ ਦਿਖਾਉਂਦਾ ਮੈਂ ਤੁਹਾਨੂੰ ਥੋੜ੍ਹਾ, ਕੁਛ ਐਵੇਂ ਦਾ ਰਸਤਾ ਬਣਿਆ ਹੋਇਆ। ਹੁਣ ਆਉਂਦੀਆਂ ਆਪਣੀਆਂ ਸੰਗਤਾਂ, ਇੱਧਰ ਤੁਸੀਂ ਵਾਤਾਵਰਨ ਦੇਖੋ ਚਾਰੇ ਪਾਸੇ, ਚਾਰੇ ਪਾਸੇ ਦੇਖਦੇ ਹਾਂ ਕਿਵੇਂ ਜਾਂਦਾ ਜੀ। ਤੁਹਾਡੇ ਨਾਲ ਕਰਦੇ ਰਹਾਂਗੇ ਸ਼ੇਅਰ ਥੋੜ੍ਹੇ ਥੋੜ੍ਹੇ ਟਾਈਮ ਤੱਕ, ਅਤੇ ਮੈਂ ਇਗਨੋਰ ਹੀ ਕਰੂੰਗਾ ਗੁਰਦੁਆਰਾ ਸਾਹਿਬ ਦੇ ਵਿੱਚ ਵੀਡੀਓ ਵਗੈਰਾ ਨਾ ਬਣਾਉਣ ਦੀ, ਕਿਉਂਕਿ ਇੱਕ ਤਾਂ ਉੱਥੇ ਉੱਦਾਂ ਸ਼ੋਭਾ ਨਹੀਂ ਦਿੰਦਾ ਅਤੇ ਬਾਕੀ ਫਿਰ ਕਈ ਵਾਰ ਇਤਰਾਜ਼ ਵੀ ਕਰਨ ਲੱਗ ਜਾਂਦੇ ਆ। ਸੋ ਬੈਟਰ ਇਗਨੋਰ ਹੀ ਕੀਤਾ ਜਾਵੇ ਉਹ ਚੀਜ਼ ਨੂੰ। ਕਰੀਬ 1.5 ਕਿਲੋਮੀਟਰ ਦੇ ਅਸੀਂ ਆ ਗਏ ਹਾਂ ਜੀ, ਘੰਟਾ ਕੁ ਲੱਗਿਆ ਸਾਨੂੰ 1.5 ਕਿਲੋਮੀਟਰ ਦਾ, ਅਤੇ ਰਸ਼ ਬਹੁਤ ਘੱਟ ਆ। ਮਤਲਬ ਸਾਡੇ ਅੱਗੇ ਜਿਹੜੀ ਵੈਨ 'ਚ ਅਸੀਂ ਆਏ ਸੀਗੇ, ਬਸ ਉਹ 'ਚ 6 ਜਣੇ ਹੋਰ ਸੀ ਸਾਡੇ ਤੋਂ ਬਿਨਾਂ, ਅਤੇ 4 ਅਸੀਂ ਸੀਗੇ, ਅਤੇ ਸਾਡੇ ਤੋਂ ਬਿਨਾਂ ਹੋਰ ਕੋਈ ਗੱਡੀ ਉਦੋਂ ਤੱਕ ਨਾ ਸਾਡੇ ਪਿੱਛੇ ਸੀ ਨਾ ਸਾਡੇ ਕੋਈ ਅੱਗੇ ਸੀ। ਅਤੇ 1.5 ਕਿਲੋਮੀਟਰ ਚੱਲਦਿਆਂ ਨੂੰ ਵੀ ਸਾਨੂੰ ਵਾਹਵਾ ਟਾਈਮ ਹੋ ਗਿਆ, ਅਤੇ ਹੁਣ ਵੀ ਮਤਲਬ ਨਾ ਸਾਨੂੰ ਕੋਈ ਅੱਗੇ ਜਾਂਦਾ ਮਿਲਿਆ ਨਾ ਕਿਸੇ ਨੇ ਸਾਨੂੰ ਕੱਟਿਆ, ਮਤਲਬ ਬਹੁਤ ਘੱਟ ਰਸ਼ ਹੈ ਜੇ ਦੱਸਾਂ ਮੈਂ। ਅਤੇ ਰਸਤਾ ਬਹੁਤ ਸਾਫ਼ ਬਣਾਇਆ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਗਾ। ਬਹੁਤ ਟਾਈਮ ਬਾਅਦ ਆਇਆ ਜਿਵੇਂ, ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ। ਆਹ ਵੇਖੋ ਆਹ ਰਸਤਾ ਐਵੇਂ ਹੀ ਹੈ ਹਾਲੇ ਤੱਕ ਤਾਂ, ਸਾਰਾ ਪਿੱਛੋਂ ਇੱਦਾਂ ਹੀ ਚੱਲਦਾ ਆ ਰਿਹਾ। ਹੌਲੀ ਹੌਲੀ ਤੁਰਨ 'ਚ ਹੀ ਫਾਇਦਾ ਹੁੰਦਾ, ਪਲਾਂਘਾਂ ਵੱਡੀਆਂ ਪੱਟਣ ਦਾ ਕੋਈ ਫਾਇਦਾ ਨਹੀਂ, ਛੋਟੀ ਪਲਾਂਘ ਅਤੇ ਘੱਟ ਬੋਲਣਾ, ਨਾ ਹੀ ਬੋਲਣਾ ਤਾਂ ਚੰਗੀ ਗੱਲ ਹੈ ਜੇ ਨਾ ਹੀ ਬੋਲੋ, ਕਿਉਂਕਿ ਜਦੋਂ ਬੋਲਦੇ ਹਾਂ ਸਾਹ ਜ਼ਿਆਦਾ ਚੜ੍ਹਦਾ। ਅਤੇ ਪਰ ਇਹ ਤਾਂ ਚਲੋ ਹੁਣ ਆਪਾਂ ਸ਼ੂਟ ਕਰਨੇ ਸੀ, ਸੋ ਇੰਨਾ ਕੁ ਤਾਂ ਬੋਲਣਾ ਪੈਣਾ ਸੀ, ਬਾਕੀ ਰਸਤਾ ਵੀ ਥੋੜ੍ਹਾ ਪਲੇਨ ਆ ਅਤੇ ਚੜ੍ਹਾਈ ਵਗੈਰਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਚਲੋ ਜੀ ਚੱਲਦੇ ਹਾਂ ਫਿਰ ਅੱਗੇ ਨੂੰ। ਚੱਲਦੇ ਆ ਰਹੇ ਹਾਂ ਜੀ ਆਪਾਂ, ਅਤੇ ਰਸਤੇ 'ਚ ਢਾਬੇ ਵਗੈਰਾ ਵੀ ਹੈਗੇ ਆ, ਪਿੱਛੇ ਵੀ ਲੰਘ ਗਏ ਆ 1 ਕਿਲੋਮੀਟਰ ਪਿੱਛੇ, ਤਾਂ ਅੱਗੇ ਹੋਰ ਆ ਗਏ ਅੱਗੇ ਹਲੇ। ਅਤੇ ਜਿਹੜੀ ਨਾਲ ਇੱਕ ਨਦੀ ਵਧ ਰਹੀ ਆ ਵਗ ਰਹੀ ਆ, ਉਹਦਾ ਨਾਮ ਹੈਗਾ ਲਕਸ਼ਮਣ ਨਦੀ। ਅਤੇ ਪਿਛਲੇ ਢਾਬਿਆਂ 'ਤੇ ਅਸੀਂ ਪਰੌਂਠਿਆਂ ਦਾ ਰੇਟ ਪਤਾ ਕਰਿਆ ਸੀਗਾ, ਅਤੇ ਉਹ ਪਰੌਂਠੇ ਸੀਗੇ 60 ਰੁਪਏ ਦੇ, ਮਤਲਬ 60 ਰੁਪਏ ਦਾ ਇੱਕ ਪਰੌਂਠਾ। ਜਿਵੇਂ ਜਿਵੇਂ ਆਪਾਂ ਉੱਪਰ ਜਾਈ ਜਾਵਾਂਗੇ ਉਵੇਂ ਉਵੇਂ ਰੇਟ ਵਧੀ ਜਾਣਾ। ਅਤੇ ਬਾਕੀ ਰੈਕਮੈਂਡੇਸ਼ਨ ਇਹੀ ਆ ਵੀ
ਘੱਟ ਹੀ ਖਾ ਕੇ ਪਹਿਲਾਂ ਚੜ੍ਹਾਈ ਕਰੀ ਜਾਵੇ, ਅਤੇ ਜੇ ਨੇੜੇ ਲੱਗ ਕੇ ਹੀ ਖਾਧਾ ਜਾਵੇ ਤਾਂ ਹੀ ਸਹੀ ਆ। ਅਤੇ ਪਾਣੀ ਦੀਆਂ ਬੋਤਲਾਂ ਤਾਂ ਜ਼ਰੂਰੀ ਨੇ ਹਾਈਡਰੇਸ਼ਨ ਲਈ। ਦੇਖੋ ਫਿਰ ਮੌਸਮ, ਉਹ ਉੱਪਰ ਪਹਾੜੀਆਂ ਦਿਖ ਰਹੀਆਂ ਨੇ, ਬਰਫ਼ ਵੀ ਲੱਗੀ ਹੋਈ ਆ ਉਹਨਾਂ 'ਤੇ, ਮਤਲਬ ਚੋਟੀ 'ਤੇ ਥੋੜ੍ਹੀ ਥੋੜ੍ਹੀ ਦਿਖ ਰਹੀ ਆ। ਕੁਛ ਐਵੇਂ ਦਾ ਨਜ਼ਾਰਾ ਇੱਥੇ ਜੀ, 2.5-3 ਕਿਲੋਮੀਟਰ ਆਪਾਂ ਆ ਚੁੱਕੇ ਹਾਂ। ਆ ਗਏ ਜੀ ਖੱਚਰ ਵੀ ਆ ਗਏ। ਖੱਚਰਾਂ ਦਾ ਜੀ ਰੇਟ ਹਲੇ ਆਪਾਂ ਪਤਾ ਕਰਿਆ ਨਹੀਂ ਕਿਉਂਕਿ ਲੋੜ ਨਹੀਂ ਪਈ, ਪਰ ਅੱਗੇ ਪਤਾ ਕਰਕੇ ਮੈਂ ਵਿੱਚ ਸ਼ੇਅਰ ਜ਼ਰੂਰ ਕਰੂੰਗਾ ਤੁਹਾਡੇ ਸਭ ਦੀ ਇਨਫੋਰਮੇਸ਼ਨ ਲਈ। ਕੋਈ ਵੀ ਲੈ ਲਓ ਜੀ, ਕੋਈ ਵੀ ਕੋਈ ਚੱਕਰ ਨਹੀਂ, ਜਿਹੜਾ ਮਰਜ਼ੀ ਰਸਤਾ ਲੈ ਸਕਦੇ, ਦੋਨੋਂ ਜਾਂਦੇ ਆ। ਪ੍ਰਸ਼ਾਦਾ ਪਾਣੀ ਛਕ ਲਿਆ ਜੀ ਆਪਾਂ ਇੱਥੇ, ਅਤੇ ਇੱਥੇ ਢਾਬਾ ਸੀ ਪਿੱਛੇ, ਢਾਬੇ ਦੇ ਪਰੌਂਠੇ ਖਾਧੇ ਆ, ਅਤੇ 60 ਰੁਪਏ ਰੇਟ ਆ ਪਰੌਂਠਿਆਂ ਦਾ, ਸਵਾਦ ਬਹੁਤ ਸੀ। ਇਹ ਅੱਧ ਰਸਤੇ 'ਚ ਆਉਂਦਾ ਇਹ, ਜੇ ਕਿਸੇ ਨੇ ਖਾਣੇ ਹੋਣ ਤਾਂ ਇੱਥੇ ਖਾ ਸਕਦਾ, ਕਿਉਂਕਿ ਸਾਨੂੰ ਦੱਸਿਆ ਗਿਆ ਸੀ ਵੀ ਅੱਗੇ ਤੰਦੂਰ ਵਾਲੇ ਮਿਲਦੇ ਆ ਜਿਨ੍ਹਾਂ ਦਾ ਸਵਾਦ ਵੀ ਨਹੀਂ ਵਧੀਆ ਹੁੰਦਾ। ਅਤੇ ਜੇ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਅੱਧ ਰਸਤੇ 'ਚ ਆਉਂਦੇ ਆ ਉਹ ਢਾਬਾ, ਅਤੇ ਉਹ ਤੋਂ ਬਾਅਦ ਅਸੀਂ ਮਤਲਬ ਉਹ ਢਾਬੇ ਤੋਂ 2 ਰਸਤੇ ਪਾਟਦੇ ਆ, ਉਹ 2 ਰਸਤਿਆਂ ਦੇ ਵਿੱਚੋਂ ਤੁਸੀਂ ਕੋਈ ਵੀ ਰਸਤਾ ਲੈ ਸਕਦੇ ਹੋ, ਅਤੇ ਅਸੀਂ ਲੈਫਟ ਵਾਲਾ ਰਸਤਾ ਲਿਆ ਸੀਗਾ। ਉਹ ਉੱਤੇ ਤੁਹਾਨੂੰ ਪਹਾੜੀ ਦੀਆਂ ਟੋਪ 'ਤੇ ਤੁਹਾਨੂੰ ਬਰਫ਼ ਦਿਖਦੀ ਹੋਣੀ ਆ, ਆਹ ਵੇਖੋ। ਧੁੱਪ ਬਹੁਤ ਆ, ਅਤੇ ਯਾਤਰੀ ਦੱਸਦੇ ਨੇ ਜਿਹੜੇ ਥੱਲੇ ਆਉਂਦੇ ਆ ਵੀ ਗਰਮੀ ਵੀ ਆ, ਜ਼ਿਆਦਾ ਕੱਪੜੇ ਵਗੈਰਾ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਉੱਪਰ, ਸੋ ਉਸ ਹਿਸਾਬ ਨਾਲ ਸਾਡੀ ਵੀ ਪੈਕਿੰਗ ਹੋਣੀ ਆ। ਅਤੇ ਇੱਥੇ ਯਾਰ ਇੱਕ ਮੈਂ ਹੋਰ ਦੇਖਿਆ ਜੀ, ਫੋਰਨ ਟੂਰਿਸਟ ਵੀ ਆਏ ਹੋਏ ਸੀਗੇ USA ਵਗੈਰਾ ਤੋਂ, ਉਹਨੂੰ ਤਾਂ ਪੁੱਛਿਆ ਸੀਗਾ। ਅਤੇ ਇੱਕ ਖੱਚਰਾਂ ਦੀ ਹੋਰ ਚਲਾਕੀ ਵੀ ਦੇਖੀ ਖੱਚਰ ਵਾਲਿਆਂ ਦੀ, ਉਹ ਜਿਵੇਂ ਹੁਣ ਆਪਣੇ ਬੰਦੇ ਲੈਂਦੇ ਆ ਖੱਚਰ ਕਰਵਾਉਂਦੇ ਆ, ਇਹਨਾਂ ਦਾ ਕੋਈ ਰਸਤੇ 'ਚ ਕੋਈ ਟੋਲ ਵਗੈਰਾ ਲਾਉਂਦੇ ਨੇ, ਉਹ ਆਪਣੇ ਬੰਦਿਆਂ ਤੋਂ ਲੈਂਦੇ ਨਹੀਂ, ਬਟ ਜਿੰਨੇ ਵੀ ਫੋਰਨਰ ਨੇ ਜੇ ਕੋਈ ਖੱਚਰ ਕਰਵਾਉਂਦਾ ਹੈਗਾ ਤਾਂ ਉਹਨਾਂ ਤੋਂ ਐਕਸਟਰਾ ਲੈਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਸ ਚੀਜ਼ ਦਾ। ਸਾਹ ਬਹੁਤ ਚੜ੍ਹ ਰਿਹਾ ਕਿਉਂਕਿ ਸਟੀਪ ਚੜ੍ਹਾਈ ਆ ਇਹ, ਵੇਖੋ।
ਇੱਧਰ ਮੈਂ ਸਰਾਊਂਡਿੰਗ ਚੈੱਕ ਕਰਾਉਂਦਾ ਤੁਹਾਨੂੰ। ਬੜੇ ਨੌਜਵਾਨ ਵੀ ਖੱਚਰਾਂ 'ਤੇ ਚੜ੍ਹਦੇ ਮਤਲਬ, ਅਤੇ ਬਹੁਤ ਬਜ਼ੁਰਗ ਬਜ਼ੁਰਗ ਵੀ ਪੈਦਲ ਤੁਰ ਕੇ ਆਉਂਦੇ ਆ। ਆ ਗਿਆ ਜੀ ਪੁਲ, ਵਿਊ ਚੈੱਕ ਕਰੋ ਇੱਥੋਂ ਤੁਸੀਂ। ਲਾਜਵਾਬ ਨਜ਼ਾਰਾ ਹੈ, ਲਾਜਵਾਬ ਨਜ਼ਾਰਾ, ਇਹਨੂੰ ਮੈਂ ਅੱਖਾਂ ਨਾਲ ਬਿਆਨ ਨਹੀਂ ਕਰ ਸਕਦਾ। ਅਤੇ ਧੁੱਪ ਤੁਸੀਂ ਦੇਖ ਹੀ ਚੁੱਕੇ ਹੋ ਕਿੰਨੀ ਚੜ੍ਹੀ ਹੋਈ ਆ, ਗਰਮੀ ਹੋਈ ਪਈ ਆ। ਅਤੇ ਮੈਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਨੂੰ ਆਵਾਜ਼ ਸੁਣ ਵੀ ਰਹੀ ਹੋਣੀ ਆ, ਕਿਉਂਕਿ ਸ਼ੋਰ ਬਹੁਤ ਹੈ ਪਾਣੀ ਦਾ। ਅਤੇ ਜੇ ਆਵਾਜ਼ ਨਹੀਂ ਸੁਣ ਰਹੀ ਤਾਂ ਮਾਫੀ ਬਖਸ਼ਿਓ। ਅਤੇ ਇੱਕ ਅੱਗੋਂ ਆਪਾਂ ਹੁਣ ਜਾਣਾ ਲੈਫਟ ਨੂੰ, ਉੱਥੋਂ ਜਾਣਾ ਆਪਾਂ ਹੁਣ ਲੈਫਟ, ਉਹ ਦੇਖੋ ਉਸ ਸਾਈਡ ਨੂੰ। ਕਦੇ ਵੀ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਤੁਸੀਂ ਜ਼ਰੂਰ ਆਇਓ ਹੇਮਕੁੰਟ ਸਾਹਿਬ, ਬਹੁਤ ਵਧੀਆ ਪਲੇਸ ਹੈ ਇਹ। ਅਤੇ ਬਾਕੀ ਤੁਸੀਂ ਅੱਗੇ ਵੀਡੀਓਜ਼ ਦੇ ਵਿੱਚ ਹੋਰ ਦੇਖੋਗੇ ਜੀ, ਜੇ ਮੌਕਾ ਮਿਲਿਆ ਤਾਂ ਜ਼ਰੂਰ ਆਇਓ ਅਤੇ ਕੌਲ ਨਾ ਕਰਿਓ। ਇਹ ਮੇਰਾ ਸੁਜੈਸ਼ਨ ਹੈ ਤੁਹਾਨੂੰ। ਕੁਝ ਐਵੇਂ ਦਾ ਨਜ਼ਾਰਾ ਦਿਖਦਾ ਜੀ ਥੋੜ੍ਹਾ ਪੁਲ ਤੋਂ ਉੱਪਰ ਨੂੰ ਆ ਕੇ, ਆਹ ਵੇਖੋ
ਲੱਗਦਾ ਜਿਵੇਂ ਬੱਦਲਾਂ ਨੂੰ ਛੋਹਣ ਲੱਗੇ ਹਾਂ ਬਸ ਹੁਣ ਥੋੜ੍ਹੇ ਟਾਈਮ 'ਚ। ਚੜ੍ਹਾਈ ਬਹੁਤ ਜ਼ਿਆਦਾ, ਅਤੇ ਸਫਾਈ ਵੀ ਬਹੁਤ ਵਧੀਆ ਰੱਖੀ ਹੋਈ ਹੈ ਇਹ ਥਾਂ ਥਾਂ 'ਤੇ, ਤੁਹਾਨੂੰ ਸਫਾਈ ਕਰਮਚਾਰੀ ਦਿਖ ਜਾਣਗੇ ਇੱਥੇ। ਆ ਵਿੱਚ ਦੀ ਕਟੋਟਾ ਹੀ ਐਵੇਂ ਦਾ ਦੇਖੋ, ਇੱਥੋਂ ਪਾਣੀ ਦੀ ਆਪਣਾ ਕਹਿ ਸਕਦੇ ਜਿਵੇਂ ਜਾਂ ਬੱਦਲ ਬੁੱਦਲ ਫਟ ਕੇ ਹੋਣਾ ਜਾਂ ਕੁਛ ਵੀ ਲਗਾ ਲਓ, ਜਾਂ ਸਾਰਾ ਰਸਤਾ ਖਰਾਬ ਕਰਤਾ। ਅਤੇ ਐਵੇਂ ਦਾ ਰਸਤਾ ਹੈ, ਆਪਣਾ ਰਹਿ ਗਿਆ ਜੀ ਕਰੀਬ 1.5 ਕਿਲੋਮੀਟਰ। ਅਤੇ ਦੇਖਦੇ ਹਾਂ ਅੱਗੇ ਚੱਲਦੇ ਹਾਂ, ਝਰਨੇ ਥਾਂ ਥਾਂ ਨੇ, ਪਾਣੀ ਤੁਸੀਂ ਕਿਤੋਂ ਵੀ ਭਰ ਸਕਦੇ, ਬਿਲਕੁਲ ਪਿਓਰ ਠੰਡਾ ਪਾਣੀ ਮਿਲ ਜੂਗਾ। ਅਤੇ ਕੁਛ ਐਵੇਂ ਦਾ ਇੱਥੋਂ ਦਾ ਹੈਗਾ ਨਜ਼ਾਰਾ, ਜੁੜੇ ਰਹੋ ਜੀ। ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਿਓ, ਲਾਈਕ ਕਮੈਂਟ ਸ਼ੇਅਰ ਵੀ ਕਰਿਓ। ਆਪਾਂ ਜੀ ਪਹੁੰਚ ਗਏ ਹੈਲੀਪੈਡ ਲੱਗ ਗਏ, ਅਤੇ ਇੱਥੋਂ ਲਾ ਲਓ ਵੀ 500-100 ਮੀਟਰ ਹੀ ਹੋਣਾ ਜਾਂ ਫਿਰ ਜਾਂ 200-300 ਮੀਟਰ ਹੋਣਾ, ਪਰ ਐਂ ਵੀ ਖਿੱਚ ਲਿਆ ਕੰਮ ਹੁਣ ਆਪਾਂ। 11:30 ਹੋਏ ਆ ਅਤੇ ਟਾਈਮ ਸਿਰ ਪਹੁੰਚ ਗਏ ਆਪਾਂ। ਡੈਡੀ ਵੀ ਥੋੜ੍ਹਾ ਪਿੱਛੇ ਨੇ 100 ਕੁ ਮੀਟਰ, ਉਹ ਵੀ ਲੱਗ ਗਏ ਨੇ। ਆ ਦੇਖੋ ਬੱਚੇ, ਅੱਜ ਧਾਰਮਿਕ ਸਥਾਨ ਦੇ ਚਿਕਨ ਦੀਆਂ ਗੱਲਾਂ ਚੱਲ ਰਹੀਆਂ। ਇੱਧਰ ਆ ਗਿਆ ਜੀ ਹੈਲੀਪੈਡ, ਅਤੇ ਦੇਖੋ ਫਿਰ ਸਰਾਊਂਡਿੰਗ, ਮਜ਼ੇਦਾਰ ਸਰਾਊਂਡਿੰਗ, ਵਾਤਾਵਰਨ ਬੜਾ ਸੋਹਣਾ ਯਾਰ, ਝਰਨੇ ਵੀ ਬਹੁਤ ਆ। ਆਹ ਨਜ਼ਾਰੇ ਕਿਤੇ ਬਾਹਰ ਰਹਿ ਕੇ ਕਿੱਥੇ ਮਿਲਦੇ ਆ, ਜੋ ਇੱਧਰ ਇੰਡੀਆ ਆ ਕੇ ਆਨੰਦ ਮਾਣਦੇ ਆ ਆਪਾਂ ਇਹਨਾਂ ਚੀਜ਼ਾਂ ਦੇ। ਗਰਮੀ ਬਹੁਤ ਹੋਈ ਪਈ ਆ, ਪਰ ਜਦੋਂ ਬੈਠਦੇ ਹਾਂ ਉਦੋਂ ਥੋੜ੍ਹਾ ਠੰਡ ਲੱਗਦੀ ਆ, ਤੁਰਨ ਵੇਲੇ ਹੀ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਆ। ਆ ਸੀਗਾ ਜੀ ਹੈਲੀਪੈਡ, ਹੁਣ ਇਹ ਪਤਾ ਨਹੀਂ ਆ ਸਰਵਿਸ ਇੱਥੇ ਚੱਲ ਰਹੀ ਆ ਇਸ ਟਾਈਮ ਕਿ ਨਹੀਂ ਚੱਲਦੀ, ਜ਼ਿਆਦਾ ਪੀਕ ਟਾਈਮ 'ਚ ਚੱਲਦੀ ਹੋਣੀ ਜੂਨ ਜੁਲਾਈ 'ਚ, ਵੀ ਹੁਣ ਨਹੀਂ ਇੰਨਾ ਕੋਈ ਕੰਮ ਹੈਗਾ ਸ਼ਾਇਦ ਤਾਂ ਕਰਕੇ ਨਹੀਂ ਚਲਾਉਂਦੇ, ਬਾਕੀ ਪਤਾ ਨਹੀਂ। ਹੈਲੀਪੈਡ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਪਤਾ ਨਹੀਂ ਚੱਲ ਰਿਹਾ ਕਿ ਨਹੀਂ, ਉਹ ਇੱਕ ਤੋਂ ਪਤਾ ਲੱਗਿਆ ਬਾਈ ਤੋਂ ਵੀ ਕਹਿੰਦੇ ਉਹ 1 ਤਰੀਕ ਤੱਕ ਹੀ ਚੱਲਿਆ ਸੀ ਕੱਲ੍ਹ ਤੱਕ ਹੈਲੀਕਾਪਟਰ ਸਰਵਿਸ,
ਅਤੇ ਕੱਲ੍ਹ ਹੀ ਬੰਦ ਹੋਈ ਆ ਉਹ, ਕੱਲ੍ਹ ਲਾਸਟ ਡੇ ਸੀਗਾ, ਕਿਉਂਕਿ ਜਿਨ੍ਹਾਂ ਨੇ ਦੱਸਿਆ ਉਹਨਾਂ ਦੇ ਜਾਣ ਪਹਿਚਾਣ ਵਾਲੇ ਗਏ ਹੋਣਗੇ ਅਤੇ ਉਹਨਾਂ ਤੋਂ ਹੀ ਪਤਾ ਲੱਗਿਆ ਇਹ, ਤਾਂ ਹੀ ਇੱਥੇ ਸਾਰਾ ਕੁਛ ਬੰਦ ਪਿਆ ਸੀਗਾ ਹੈਲੀਪੈਡ ਕੋਲ। ਅਤੇ ਇੱਥੋਂ ਬਸ ਉਹੀ ਦੱਸ ਰਹੇ ਸੀਗੇ ਵੀ ਬਸ 300-400 ਮੀਟਰ ਹੀ ਆ, ਅਤੇ ਫਿਰ ਪਹੁੰਚ ਕੇ ਕਰਦੇ ਹਾਂ ਆਪਾਂ ਦਰਸ਼ਨ। ਅੱਛਾ, ਪਹੁੰਚ ਗਏ ਜੀ ਗੋਬਿੰਦ ਧਾਮ। ਇੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਆ ਅਤੇ ਅੱਗੇ ਤੱਕ ਜਾਂਦੀ ਆ, ਇਹ ਇਨਫੋਰਮੇਸ਼ਨ ਸੈਂਟਰ ਬੰਦ ਪਿਆ, ਆ ਥਾਣਾ ਵੀ ਆ ਇੱਥੇ। ਢਾਬੇ ਬਹੁਤ ਖੁੱਲ੍ਹ ਚੁੱਕੇ ਇੱਥੇ ਅਤੇ ਨਾਲੇ ਹੋਟਲ ਵੀ। ਉੱਪਰ ਦੇਖੋ ਮੌਸਮ ਸੋਹਣਾ। ਹੋਟਲ ਵਾਲੇ ਕਮਰੇ ਨੂੰ ਕਹਿਣਗੇ ਸੋ ਬਚ ਕੇ ਰਹੋ, ਪਹਿਲਾਂ ਗੁਰਦੁਆਰਾ ਸਾਹਿਬ ਟਰਾਈ ਕਰੋ, ਜੇ ਮਿਲ ਜਾਂਦੇ ਤਾਂ ਉੱਥੇ ਰਹਿ ਨਹੀਂ ਕਰੋ ਹਿੰਮਤ, ਜੇ ਕੰਫਰਟੇਬਲ ਹੈਗੇ ਹੋ, ਅਤੇ ਜੇ ਨਹੀਂ ਫਿਰ ਹੀ ਤੁਸੀਂ ਹੋਟਲਾਂ ਵੱਲ ਜਾਓ, ਨਹੀਂ ਤਾਂ ਇੱਥੇ ਛਿੱਲ ਬਹੁਤ ਲਾਉਂਦੇ ਆ। ਆਪਾਂ ਪਹੁੰਚ ਗਏ ਸੀਗੇ ਜੀ ਗੁਰਦੁਆਰਾ ਗੋਬਿੰਦ ਧਾਮ, ਅਤੇ ਉਦੋਂ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ, ਸੋ ਹੁਣ ਮੈਂ ਲੇਟ ਬਣਾ ਰਿਹਾ। ਉਦੋਂ 12:30 ਪਹੁੰਚ ਗਏ ਸੀਗੇ ਅਸੀਂ, ਅਤੇ 12:30 ਵਜੇ ਸਾਨੂੰ ਕਮਰੇ ਮਿਲਿਆ। ਕਮਰਿਆਂ ਦਾ ਵੀ ਮੈਂ ਤੁਹਾਨੂੰ ਦੱਸ ਦੇਵਾਂ, ਜੇ ਤਾਂ ਓਪਨ ਹਾਲ ਲੈਣੇ ਆ ਫਿਰ ਤਾਂ ਉਹ ਫਰੀ ਆਫ ਕੋਸਟ ਨੇ, ਤਾਂ ਉਹ ਜਨਰਲ ਪਬਲਿਕ ਨਾਲ ਸ਼ੇਅਰ ਹੁੰਦਾ ਉਹ ਕਮਰਾ ਸਾਰਾ। ਅਤੇ ਜੇ ਤੁਸੀਂ ਪ੍ਰਾਈਵੇਟ ਲੈਣਾ ਤਾਂ ਐਂ ਲਾ ਲਓ ਵੀ ਤੁਸੀਂ 1500 ਰੁਪਏ 'ਚ ਸਾਨੂੰ 4 ਜਣਿਆਂ ਨੂੰ ਮਿਲਿਆ, ਅਤੇ ਜੇ 7 ਜਣਿਆਂ ਤਾਂ 2000 ਰੁਪਇਆ, ਅਤੇ ਨਾਲ ਗਰਮ ਪਾਣੀ ਤਾਂ ਹੁੰਦਾ ਹੀ ਆ, ਨਾਲ ਬਾਥਰੂਮ ਟੋਇਲਟ ਹੁੰਦਾ ਅੰਦਰ। ਅਤੇ ਬਾਹਰ ਹੋਟਲਾਂ ਦਾ ਵੀ ਪਤਾ ਕੀਤਾ ਸੀ, 800 ਰੁਪਏ ਕਮਰੇ ਦਾ ਅਤੇ 100 ਰੁਪਏ ਪਾਣੀ ਦੀ ਬਾਲਟੀ ਦਾ ਲੈਂਦੇ ਆ ਉਹ ਪਰ ਪਰਸਨ, ਸੋ ਬਰਾਬਰ ਕੁ ਜੀ ਜਾ ਰਹਿੰਦਾ। ਅਤੇ ਤੁਸੀਂ ਦੇਖਣਾ ਵੀ ਤੁਸੀਂ ਤੁਹਾਨੂੰ ਕੀ ਸੱਟ ਪੈਂਦਾ। ਅਤੇ ਉਹ ਤੋਂ ਬਾਅਦ ਫਿਰ ਅਸੀਂ ਦਰਬਾਰ ਸਾਹਿਬ ਚੱਲ ਗਏ ਸੀ ਕਮਰਾ ਵਗੈਰਾ ਲੈ ਕੇ, ਅਤੇ ਫਿਰ ਰੈਸਟ ਵਗੈਰਾ ਕੀਤੀ, ਨਹਾਏ ਨੂਹੇ, ਥਕਾਨ ਥੋੜ੍ਹੀ ਦੂਰ ਹੋਈ, ਹੁਣ ਥੋੜ੍ਹਾ ਬਾਹਰ ਨਿਕਲੇ ਸੀਗੇ। ਅਤੇ ਮੈਂ ਦਰਬਾਰ ਸਾਹਿਬ ਦੇ ਅੰਦਰੋਂ ਤਾਂ ਮੈਂ ਵੀਡੀਓ ਵਗੈਰਾ ਬਣਾਊਂਗਾ ਨਹੀਂ, ਕਿਉਂਕਿ ਅਲਾਊਡ ਨਹੀਂ ਆ,
ਸੋ ਮੈਂ ਬਾਹਰੋਂ ਕਲਿੱਪ ਬਣਾਊਂਗਾ ਥੋੜ੍ਹੇ ਬਹੁਤ, ਜ਼ਿਆਦਾ ਡੀਪਲੀ ਨਹੀਂ ਮੈਂ ਦਿਖਾ ਸਕੂੰਗਾ, ਮੈਂ ਨਹੀਂ ਚਾਹੁੰਦਾ ਕੋਈ ਇਸ਼ੂ ਕ੍ਰੀਏਟ ਹੋਵੇ ਐਵੇਂ। ਅਤੇ ਬਾਕੀ ਤੁਹਾਨੂੰ ਅੱਗੇ ਆਪਾਂ ਦਰਸ਼ਨ ਮੇਲੇ ਕਰਾਉਂਦੇ ਰਹਾਂਗੇ ਰਸਤੇ ਵਗੈਰਾ ਦੇ, ਜਦੋਂ ਕੱਲ੍ਹ ਨੂੰ ਅੱਗੇ ਸੁਬਹਾ ਜਾਵਾਂਗੇ। ਮਾਰਕੀਟ ਵਾਹਵਾ ਚੰਗੀ ਹੈ ਇੱਥੇ, ਕੋਈ ਛੋਟੀ ਮਾਰਕੀਟ ਨਹੀਂ ਆ, ਅਤੇ ਠੰਡ ਵੀ ਨਹੀਂ ਹੈਗੀ ਆ, ਮਤਲਬ ਨੋਰਮਲ ਟੈਂਪਰੇਚਰ ਇਸ ਟਾਈਮ, ਮਤਲਬ 20 ਡਿਗਰੀ ਹੈਗਾ, 20 ਵੀ ਨਹੀਂ, 20 ਤੋਂ ਘੱਟ ਹੀ ਆ, 15-18 ਕੀ ਹੋਊਗਾ। ਅਤੇ ਆਹ ਥੋੜ੍ਹਾ ਸਰਾਊਂਡਿੰਗ ਚੈੱਕ ਕਰੋ, ਬੱਦਲਵਾਈ ਹੋਣ ਲੱਗ ਗਈ ਆ। ਚਲੋ ਜੀ, ਅਤੇ ਮਿਲਦੇ ਹਾਂ ਤੁਹਾਨੂੰ ਫਿਰ ਕੱਲ੍ਹ ਨੂੰ ਅਗਲੇ ਬਲੌਗ ਦੇ ਵਿੱਚ, ਆਪਾਂ ਕਰਦੇ ਹਾਂ ਇੱਥੇ ਸਮਾਪਤੀ। ਜੇ ਹੋ ਸਕਿਆ ਤਾਂ ਮੈਂ ਗੁਰਦੁਆਰਾ ਸਾਹਿਬ ਦੀ ਕਲਿੱਪ ਪਾਊਂਗਾ ਵਿੱਚ, ਜੇ ਨਾ ਹੋ ਸਕਿਆ ਤਾਂ ਮਾਫੀ ਬਖਸ਼ਿਓ। ਅਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਸਬਸਕ੍ਰਾਈਬ ਕਰੋ, ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਪਲੀਜ਼। ਧੰਨਵਾਦ।